ਕੁਜ ਗੈਰ ਕਯੂਬਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਅਗਲੇ ਸਾਲ ਲਗਭਗ ਦੁੱਗਣੀ ਹੋ ਜਾਏਗੀ ਕਿਉਂਕਿ ਇਹ ਅੰਗਰੇਜ਼ੀ ਬੋਲਣ ਵਾਲੇ ਨਵੇਂ ਲੋਕਾਂ ਖਿਲਾਫ ਸਖਤੀ ਕਰ ਰਹੀ ਹੈ ਕਯੂਬਕ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਇਹ ਬਾਕੀ ਕੈਨੇਡਾ ਤੋਂ ਸਸਤੀ ਸਿੱਖਿਆ ਲਈ ਕਯੂਬਕ ਦੀਆਂ ਅੰਗਰੇਜ਼ੀ ਭਾਸ਼ਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਬਸਿਡੀ ਦੇਣ ਤੋਂ ਰੋਕਣ ਦੇ ਲਈ ਇੱਕ ਕਦਮ ਵਜੋਂ ਤਿਆਰ ਕੀਤਾ ਹੋ ਸਕਦਾ ਹੈ ਸੂਬੇ ਤੋਂ ਬਾਅਦ ਲਈ ਵਿਦਿਆਰਥੀਆਂ ਲਈ ਕਯੂਬਕ ਵਿੱਚ ਪੜਨ ਦੀ ਘੱਟੋ-ਘੱਟ ਲਾਗਤ ਇਸ ਵੇਲੇ 8992 ਡਾਲਰ ਰੱਖੀ ਗਈ ਹੈ ਸੂਬੇ ਦੇ ਉੱਚ ਸਿੱਖਿਆ ਮੰਤਰੀ ਪਾਸਕਲ ਨੇ ਕਿਹਾ ਕਿ ਬਦਲਾਅ ਨਾਲ ਇਹ ਵੱਧ ਕੇ ਲਗਭਗ 17000 ਹੋ ਜਾਏਗਾ ਜਾਨੀ ਕਿ 17000 ਡਾਲਰ ਹੋ ਜਾਏਗਾ ਸਾਰੇ ਵਾਧੂ ਫੰਡ ਅਗਲੇ ਸਾਲ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਟਿਊਸ਼ਨ ਫੀਸਾਂ ਦਾ ਅੱਧਾ ਹਿੱਸਾ ਕਯੂਬਕ ਸਰਕਾਰ ਨੂੰ ਜਾਏਗਾ ਇਹ ਪੈਸਾ ਜਿਸ ਦੀ ਹਰ ਸਾਲ ਲਗਭਗ 110 ਡਾਲਰ ਮਿਲੀਅਨ ਦੀ ਰਕਮ ਹੋਣ ਦੀ ਉਮੀਦ ਹੈ ਦੀ ਵਰਤੋਂ ਕਯੂਬਿਕ ਦੀਆਂ ਫ੍ਰੈਂਚ ਭਾਸ਼ਾ ਦੀਆਂ ਯੂਨੀਵਰਸਿਟੀਆਂ ਨੂੰ ਫੰਡ ਦੇਣ ਦੇ ਲਈ ਕੀਤਾ ਜਾਏਗਾ ਡੇਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਵੀ ਵਧੇਗੀ ਜਿਸ ਤੇ ਕਟੋਕਟਾਰ B1000 ਡਾਲਰ ਹੈ ਹਾਲਾਂਕਿ ਸੂਬੇ ਤੋਂ ਬਾਹਰ ਰਤੇ ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੇ ਪਹਿਲਾਂ ਹੀ ਕியੂਬੈਕ ਤੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਇਹਨੂੰ ਵਾਧੂ ਫੀਸਾਂ ਦਾ ਭੁਗਤਾਨ ਨਹੀਂ ਕਰਨਾ ਪਏਗਾ ਫ੍ਰਾਂਸੀਸੀ ਭਾਸ਼ਾ ਮੰਤਰੀ ਜੀਨ ਨੇ ਇੱਕ ਬਿਆਨ ਵਿੱਚ ਕਿਹਾ ਐਲਾਨ ਕੀਤੇ ਉਪਾ ਸਾਨੂੰ ਫੰਡ ਵਾਪਸ ਕਰਨ ਦੀ ਆਗਿਆ ਦੇਣਗੇ ਜੋ ਯੂਨੀਵਰਸਿਟੀ ਪ੍ਰਣਾਲੀ ਵਿੱਚ ਫ੍ਰੈਂਚ ਭਾਸ਼ਾ ਨੂੰ ਸੁਰੱਖਿਅਤ ਰੱਖਣ ਉਤਸ਼ਾਹਿਤ ਕਰਨ ਅਤੇ ਵਧਾਉਣ ਦੇ ਲਈ ਵਰਤੇ ਜਾਣਗੇ ਕੌਨਕੋਡੀਆ ਯੂਨੀਵਰਸਿਟੀ ਦੇ ਅਨੁਸਾਰ ਇਸ ਤੇ ਲਗਭਗ 9% ਵਿਦਿਆਰਥੀ ਬਾਕੀ ਕੈਨੇਡਾ ਤੋਂ ਆਉਂਦੇ ਨੇ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਅਨੁਪਾਤ 23% ਹੈ ਡੇਰੀ ਨੇ ਕਿਹਾ ਇਸ ਨਵੇਂ ਕੀਮਤ ਦੇ ਮਾਡਲ ਦੇ ਲਈ ਧੰਨਵਾਦ ਸਾਡੇ ਕੋਲ ਫ੍ਰੈਂਚ ਭਾਸ਼ਾ ਨੂੰ ਉਤਸ਼ਾਹਿਤ ਕਰਨ ਫ੍ਰੈਂਚ ਭਾਸ਼ਾ ਦੇ ਯੂਨੀਵਰਸਿਟੀ ਨੈਟਵਰਕ ਦੀ ਪ੍ਰੋਫਾਈਲ ਨੂੰ ਵਧਾਉਣ ਅਤੇ ਗੈਰ ਕਿਊਬੈਕ ਫ੍ਰੈਂਕਫੋਨ ਵਿਦਿਆਰਥੀਆਂ ਨੂੰ ਸਾਡੇ ਅਦਾਰਿਆਂ ਵਿੱਚ ਹਾਜ਼ਰ ਹੋਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਮਜ਼ਬੂਤ ਉਪਾਅ ਕਰਨ ਦਾ ਤੌਕਾ ਹੈ